ਰਾਧੇ ਮਾਂ ਰਾਮ ਰਹੀਮ ਤੇ ਆਸਾ ਰਾਮ ਇਹ ਉਹ ਤਿੰਨ ਨਾਮ ਨੇ ਜਿਨ੍ਹਾਂ ਦੇ ਕਾਰਿਆਂ ਨੂੰ ਹਰ ਕੋਈ ਬਾਖੂਬੀ ਜਾਣਦਾ ਹੈ। ਪਰ ਇਹ ਤਿੰਨ ਨਾਮ ਇਸ ਸਮੇਂ ਚਰਚਾ ਦਾ ਵਿਸ਼ਾ ਇਸ ਕਰਕੇ ਬਣੇ ਨੇ ਕਿਉਂਕਿ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਇਹਨਾਂ ਪ੍ਰਤੀ ਆਸਥਾ ਨੂੰ ਲੈ ਕੇ ਫਰੀਦਕੋਟ ਰੈਲੀ ਦੌਰਾਨ ਤਿੱਖੇ ਹਮਲੇ ਕੀਤੇ। ਇਸ ਦੌਰਾਨ ਮਜੀਠੀਆ ਵੀ ਸਿੱਧੂ ਦੇ ਸ਼ਾਇਰਾਨਾ ਰੰਗ ਚ ਰੰਗੇ ਨਜ਼ਰ ਆਏ। ਸਭ ਤੋਂ ਪਹਿਲਾਂ ਗੱਲ ਕਰੀਏ ਰਾਧੇ ਮਾਂ ਦੀ, ਤਾਂ ਤੁਸੀਂ ਵੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਕਿ ਕਿਸ ਤਰ੍ਹਾਂ ਸਿੱਧੂ ਰਾਧੇ ਮਾਂ ਦਾ ਗੁਣਗਾਨ ਕਰਦੇ ਨਜ਼ਰ ਆ ਰਹੇ ਨੇ। ਯੂੰ ਤੋ ਰੱਬ ਕੀ ਹਰ ਜਗ੍ਹਾ ਬਾਤ ਹੋਤੀ ਹੈ, ਪਰ ਰਾਧੇ ਮਾਂ ਕੇ ਦਰਬਾਰ ਮੇਂ ਰੱਬ ਸੇ ਮੁਲਾਕਾਤ। ਰਾਧੇ ਮਾਂ ਕੋਲ, ਰਾਧੇ ਮਾਂ ਕੋਈ ਉਸ ਤਰ੍ਹਾਂ ਨਾ ਸਮਝ ਲਿਓ ਕੋਈ ਚੰਗੀ ਹੈ, ਕੋਈ ਮਾਂ ਜੀ ਦੇ ਤੇ ਪਰਚੇ ਦਰਜ ਹੋ ਗਏ ਕਈ ਗੜਬੜ ਕੰਮ ਦੇ, ਤੇ ਉਹ ਮਾਂ ਕੋਲ ਗਿਆ ਕਹਿੰਦਾ ਯੂੰ ਤੋ ਹਰ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਮਗਰ ਰਾਧੇ ਮਾਂ ਕੇ ਦਰਬਾਰ ਰੱਬ ਕਵੇ ਹੈਲੋ ਹੈਲੋ ਇਸ ਤਰ੍ਹਾਂ ਤਾਲੀਆਂ ਮਾਰੇ, ਮੈਂ ਹੈਰਾਨ ਦਿੱਤੇ। ਦੂਜੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਬਲਾਤਕਾਰ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦੇ ਅੱਗੇ ਹੱਥ ਜੋੜੀ ਖੜੇ ਨੇ। ਇਸ ਨੂੰ ਲੈ ਕੇ ਵੀ ਵਿਕਰਮ ਮਜੀਠੀਆ ਨੇ ਸਿੱਧੂ ਨੂੰ ਜੰਮ ਕੇ ਰਗੜਾ ਲਾਇਆ, ਤੇ ਹੁਣ ਬਲਾਤਕਾਰ ਵਰਗੇ ਘਿਨੌਣੇ ਜੁਰਮ ਹੇਠ ਜੇਲ੍ਹ 'ਚ ਬੰਦ ਆਸਾਰਾਮ ਬਾਰੇ ਵੀ ਸਿੱਧੂ ਦੀ ਭਗਤੀ ਦਾ ਸ਼ਾਇਰਾਨਾ ਅੰਦਾਜ਼ ਵੇਖੋ। ਤੇ ਮਜੀਠੀਆ ਨੇ ਇਸ ਤੇ ਵੀ ਸਿੱਧੂ ਨੂੰ ਨਹੀਂ ਬਖਸ਼ਿਆ ਤੇ ਕਿਹਾ ਕਿ ਤੈਨੂੰ ਵੀ ਜਲਦੀ ਆਸਾਰਾਮ ਦੇ ਚਰਨਾਂ 'ਚ ਭੇਜ ਦੇਵਾਂਗੇ। ਹਰ ਜਗ੍ਹਾ ਜਾਤ ਕੇ ਧਰਮ ਕੇ ਈਸ਼ ਕੇ ਬਖੇੜੇ ਹੈ, ਬਾਪੂ ਕੇ ਦਰਬਾਰ ਮੇਂ ਭਕਤੋਂ ਕੀ ਏਕ ਜਾਤ ਹੋਤੀ ਹੈ। ਹਰ ਕੋਈ ਉਸਸੇ ਰਹਿਮਤੋਂ ਕੀ ਭੀਖ ਮੰਗਤਾ ਹੈ, ਲੇਕਿਨ ਬਾਪੂ ਕੇ ਇਸ ਦਰਬਾਰ ਮੇਂ ਰਹਿਮਤੋਂ ਕੀ ਬਰਸਾਤ ਹੋਤੀ ਹੈ। ਹਰ ਪਰਬਤ ਪੇ ਮਣੀ ਮਾਨਿਕ ਨਹੀਂ ਹੋਤੇ, ਹਰ ਹਾਥੀ ਕੇ ਮਾਥੇ ਪੇ ਮੁਕਤਾ ਮਣੀ ਨਹੀਂ ਹੋਤੀ, ਹਰ ਜੰਗਲ ਮੇਂ ਚੰਦਨ ਕੇ ਪੇੜ ਨਹੀਂ ਹੋਤੇ, ਔਰ ਹਰ ਦੇਸ਼ ਮੇਂ ਬਾਪੂ ਜੈਸੇ ਗੁਰੂਦੇਵ ਨਹੀਂ ਹੋਤੇ। ਜਿਹਦੇ ਮਗਰ ਆਪਾਂ ਇਹਨੂੰ ਘਲਾਉਣਾ ਬਾਪੂ ਆਸਾ ਰਾਮ ਦੇ ਕੋਲ, ਉੱਥੇ ਜਾ ਕੇ ਕਹਿੰਦਾ ਯੂੰ ਤੋ ਹਰ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਮਗਰ ਕਹਿੰਦਾ ਬਾਪੂ ਆਸਾ ਰਾਮ ਕੇ ਦਰਬਾਰ ਪੇ ਰੱਬ ਸੇ ਮੁਲਾਕਾਤ ਹੁੰਦੀ ਹੈ। ਤੇ ਬਾਪੂ ਅੱਗਿਓਂ ਕੀ ਕਹਿੰਦਾ ਸੀ, ਹਾਏ ਹਾਏ। ਤੇ ਮੈਂ ਕਿਹਾ ਨਵਜੋਤ ਸਿਆ ਬੁੱਧੂ, ਵਾਰੀ ਤੇਰੀ ਵੀ ਆ ਚੱਲੀ ਹੈ, ਕਲਾਵਾਂਗੇ ਤੈਨੂੰ ਬਾਪੂ ਦੇ ਚਰਨੇ ਲਾ ਦੇਣਾ ਆਸਾ ਰਾਮ ਦੇ। ਕਿਉਂਕਿ ਕੀ ਕਹਿੰਦਾ ਸੀ ਬਾਪੂ ਆਸਾ ਰਾਮ ਬਾਰੇ, ਕਹਿੰਦਾ ਹਰ ਜਗ੍ਹਾ ਜਾਤ ਕੇ ਧਰਮ ਕੇ ਇਸ਼ਕ ਕੇ ਬਖੇੜੇ ਹੈ, ਬਾਪੂ ਕੇ ਦਰਬਾਰ ਮੇਂ ਭਕਤੋਂ ਕੀ ਏਕ ਜਾਤ ਹੋਤੀ ਹੈ। ਸਿੱਧੂ ਕਹਿੰਦਾ ਹਰ ਕੋਈ ਉਨਸੇ ਰਹਿਮਤ ਕੀ ਭੀਖ ਮੰਗਤਾ ਹੈ, ਲੇਕਿਨ ਕਹਿੰਦਾ ਬਾਪੂ ਆਸਾ ਰਾਮ ਕੇ ਦਰਬਾਰ ਮੇਂ ਰਹਿਮਤੋਂ ਕੀ ਭੀਖ ਹੁੰਦੀ ਹੈ। ਕੋਈ ਨਾ ਨਵਜੋਤ ਸਿਆ, ਇਹ ਜੀ ਭੀਖ ਤੈਨੂੰ ਦਵਾ ਕੇ ਹੀ ਹਟਾਂਗੇ ਹੁਣ ਜਿਹੜੀ ਸਪੀਡ ਤੇ ਤੂੰ ਲੱਗਿਆ। ਉਹਦੇ ਵੀ ਕਹਿੰਦੇ ਬੁੱਲਾਂ ਤੇ ਸਿੱਕਰੀ ਜੰਮ ਗਈ ਹੈ, ਉਹ ਤਾਂ ਇਹ ਜਾ ਹੈ। ਕਹਿੰਦੇ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਕਹਿੰਦਾ ਹਰ ਪਰਬਤ ਪੇ ਮਣੀ ਮਾਨਕ ਨਹੀਂ ਹੋਤੇ, ਇਹ ਸਿੱਧੂ ਕਹਿੰਦਾ ਹਰ ਪਰਬਤ ਪੇ ਮਣੀ ਮਾਨਕ ਨਹੀਂ ਹੁੰਦੇ, ਹਰ ਹਾਥੀ ਕੇ ਮਾਥੇ ਪੇ ਮੁਕਤਾ ਮਣੀ ਨਹੀਂ ਹੋਤੇ, ਹਰ ਜੰਗਲ ਮੇਂ ਚੰਦਨ ਕੇ ਪੇੜ ਨਹੀਂ ਹੋਤੇ, ਹਰ ਦੇਸ਼ ਮੇਂ ਕਹਿੰਦਾ ਬਾਪੂ ਗੁਰੂਦੇਵ ਆਸਾ ਰਾਮ ਵਰਗੇ ਗੁਰਦੇਵ ਨਹੀਂ ਹੁੰਦੇ। ਕੋਈ ਨਾ ਮਾਮਾ ਤੂੰ ਤਿਆਰੀ ਕਰ ਲੈ, ਆ ਬਾਦਲ ਸਾਹਿਬ ਤਾਂ ਮਾੜਾ ਮੋਟਾ ਫੇਰ ਲਿਹਾਜ਼ਾ ਕਰ ਲਾਂਗੇ, ਕਿਉਂਕਿ ਉਹਦਾ ਪਤਾ ਕੋਈ ਨਹੀਂ ਹੁੰਦਾ, ਜਦੋਂ ਕੋਈ ਲੱਭ ਜੇ ਉਦੋਂ ਹੀ ਬਾਪੂ ਬਣਾ ਲੂ।
ਉਹਨੇ ਤਾਂ ਬਾਪੂ 8-10 ਬਦਲਤੇ ਆ ਮੇਰੇ ਵੇਖਦਿਆਂ ਹੀ ਵੇਖਦਿਆਂ। ਸੋ ਨਵਜੋਤ ਸਿੰਘ ਸਿੱਧੂ ਹੁਣ ਤੱਕ ਨਾ ਜਾਣੇ ਕਿੰਨੀਆਂ ਹੀ ਪਾਰਟੀਆਂ ਬਦਲ ਚੁੱਕੇ ਨੇ ਤੇ ਸਮੇਂ ਸਮੇਂ ਤੇ ਉਹਨਾਂ ਦੇ ਰੱਬ ਵੀ ਬਦਲਦੇ ਰਹਿੰਦੇ ਨੇ, ਜਿਸ ਤੇ ਮਜੀਠੀਆ ਨੇ ਵੀ ਸਿੱਧੂ ਤੇ ਕਈ ਤਾਨੇ ਕਸੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਆਸਟ੍ਰੇਲੀਆ ਸਿਡਨੀ ਮੈਲਬੋਰਨ, ਸਿਡਨੀ ਮੈਲਬੋਰਨ। ਆਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5.5 ਬੈਂਡ। 5.5 ਬੈਂਡ ਥੋੜੇ ਹੁੰਦੇ? ਚੱਲ ਚੱਲ 5.5 ਬੈਂਡ ਨਾਲ ਸਿਡਨੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਆ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬੰਨੀ। ਚਲੋ ਵੀ ਚਲੋ, ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 7374-75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181-5045-999।